मैं सतनाम सिंह तुहाडा स्वागत करता हाँ। मैं अज एक ट्रांसफॉर्मर का प्रोजैक्ट बनाया है जो कि एक वर्किंग मॉडल है। इस विच असी एक बनाया बनाया ट्रांसफॉर्मर जो कि बाजार विच मिलता है 9 वोल्ट का लगता है, जिस दी विच आप 250 वोल्टेज करंट दिंदे हां तां अपने कोल आउटपुट 9 वोल्ट आउंदी है। असी एक दूजे पासे एक हैंडमेड ट्रांसफॉर्मर लिया है बनाया है, जिस विच असी प्राइमरी कॉयल बनाई है एक सेकेंडरी कॉयल बनाई है। प्राइमरी कॉयल साडी ਦੇ ਵਿੱਚ ਅਸੀਂ 2500 ਟਰਨਸ ਲੈਤੀਆਂ ਨੇ ਤੇ ਸੈਕੰਡਰੀ ਕੋਇਲ ਦੇ ਵਿੱਚ ਅਸੀਂ 800 ਟਰਨਸ ਲੈਤੀਆਂ ਨੇ। ਹੁਣ ਜਦੋਂ ਅਸੀਂ ਪ੍ਰਾਇਮਰੀ ਕੋਇਲ ਨੂੰ ਅਸੀਂ ਕਰੰਟ ਦਿੰਨੇ ਹਾਂ 9 ਵੋਲਟ ਦਾ ਕਰੰਟ ਦਿੰਨੇ ਹਾਂ ਤਾਂ ਸਾਡੇ ਕੋਲੇ ਇਸ ਦੇ ਵਿੱਚ ਮੈਗਨੈਟਿਕ ਫੀਲਡ ਇੰਡਿਊਸ ਹੁੰਦਾ ਹੈ ਜੋ ਕਿ ਮਿਊਚੁਅਲ ਇੰਡਕਸ਼ਨ ਰਾਹੀਂ ਸਾਡੀ ਸੈਕੰਡਰੀ ਕੋਇਲ ਦੇ ਵਿੱਚ ਕਰੰਟ ਪ੍ਰੋਡਿਊਸ ਕਰਦਾ ਹੈ। ਆਓ ਇਸ ਨੂੰ ਅਸੀਂ ਚਲਾ ਕੇ ਦੇਖਦੇ ਹਾਂ। ਇਹਦੇ ਵਿੱਚ ਅਸੀਂ 250 ਵੋਲਟ ਦਾ ਕਰੰਟ ਅਸੀਂ ਅੰਦਰ ਦਿੰਦੇ ਹਾਂ ਜੋ ਕਿ ਸਾਨੂੰ ਮੁੜ ਕੇ 9 ਵੋਲਟ ਦੇ ਵਿੱਚ ਸਾਨੂੰ ਮਿਲਦਾ ਹੈ। ਇਸ ਦੇ ਵਿੱਚ ਕਰੰਟ ਇੰਡਿਊਸ ਹੋ ਚੁੱਕਿਆ ਹੈ ਜਿਸ ਵਿੱਚ ਅਸੀਂ ਉਸ ਆਪਦੀ ਸੈਕੰਡਰੀ ਕੋਇਲ ਰੱਖਦੇ ਹਾਂ। ਇਸ ਦੇ ਵਿੱਚ ਇੰਡਿਊਸ ਕਰੰਟ ਪੈਦਾ ਹੁੰਦਾ ਹੈ ਮਿਊਚੁਅਲ ਇੰਡਕਸ਼ਨ ਰਾਹੀਂ। ਅਸੀਂ ਦੇਖ ਸਕਦੇ ਹਾਂ ਕਿ ਇਸ ਵਿੱਚ ਕੋਈ ਵੀ ਇਹਦੇ ਨਾਲ ਕਨੈਕਸ਼ਨ ਨਹੀਂ ਹੈ, ਬਟ ਜੋ ਕਿ ਇਹਦੇ ਵਿੱਚ ਮੈਗਨੈਟਿਕ ਫੀਲਡ ਪੈਦਾ ਹੋ ਰਿਹਾ ਹੈ ਉਹਦੇ ਰਾਹੀਂ ਸਾਡੀ ਕੋਇਲ ਜੋ ਜਗ ਰਹੀ ਹੈ। ਥੈਂਕ ਯੂ ਜੀ।